ਸ਼ਾਨ ਪੰਜਾਬੀ ਦੇ ਘਰ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸ਼ਾਲੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਰਸ਼ਕ। ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਵੱਡੀ ਖਬਰ ਲੈ ਕੇ। ਮੈਂ ਗੱਲ ਕਰਨ ਜਾ ਰਹੀ ਹਾਂ ਜੀ ਸ਼ਹਿਨਾਜ਼ ਕੌਰ ਗਿੱਲ ਦੀ। ਤੁਹਾਨੂੰ ਪਤਾ ਹੈ ਕਿ ਸ਼ਹਿਨਾਜ਼ ਕੌਰ ਗਿੱਲ ਹੁਣ ਪਹੁੰਚ ਚੁੱਕੇ ਨੇ ਜੀ ਬਿਗ ਬੋਸ ਸੀਜ਼ਨ 13 ਦੇ ਵਿੱਚ। ਪਰ ਜਿੱਥੇ ਬਿਗ ਬੋਸ ਸੀਜ਼ਨ 13 ਦੇ ਲਈ ਸ਼ਹਿਨਾਜ਼ ਕੌਰ ਗਿੱਲ ਨੂੰ ਦੇਖਣ ਦਾ ਸਭ ਨੂੰ ਜ਼ਿਆਦਾ ਬਹੁਤ ਜ਼ਿਆਦਾ ਇੰਤਜ਼ਾਰ ਸੀ, ਉੱਥੇ ਸ਼ਹਿਨਾਜ਼ ਕੌਰ ਗਿੱਲ ਵੀ ਕਾਫ਼ੀ ਜ਼ਿਆਦਾ ਐਕਸਾਈਟਡ ਦੇਖ ਰਹੇ ਸੀਗੇ ਇਸ ਸ਼ੋਅ ਦੇ ਲਈ। ਪਰ ਹੁਣ ਸ਼ਹਿਨਾਜ਼ ਕੌਰ ਗਿੱਲ ਦੀ ਇੱਕ ਵੀਡੀਓ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਸ਼ਹਿਨਾਜ਼ ਕੌਰ ਗਿੱਲ ਉਹਨਾਂ ਲੋਕਾਂ ਦੇ ਵਿੱਚ ਕਾਫ਼ੀ ਜ਼ਿਆਦਾ ਘਿਰੇ ਹੋਏ ਨਜ਼ਰ ਆ ਰਹੇ ਨੇ। ਅਤੇ ਉਸ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਆਪਣਾ ਟਾਸਕ ਪੂਰਾ ਨਾ ਕਰਨ ਕਾਰਨ ਰੋਂਦੇ ਹੋਏ ਵੀ ਦਿਖਾਈ ਦੇ ਰਹੇ ਨੇ। ਸਾਰੇ ਇੱਕ ਚਾਹੇ ਇਸਕੋ ਅਲੱਗ ਬਣਾਨੀ ਹੈ, ਇਸਕੋ ਅਲੱਗ ਬਣਾਨੀ ਹੈ, ਠੇਕਾ ਛੋੜ ਲਿਆ ਮੈਂ। ਇਹ ਰਾਸ਼ਨਿੰਗ ਵਾਲਾ ਕਾਮ ਹੈ ਨਾ ਜੋ ਮੇਰੇ ਸੇ ਨਹੀਂ ਹੋਗਾ, ਕਿਉਂਕਿ ਵਹਾਂ ਪੇ ਵੀ ਮੁਝੇ ਸਮਝ ਨਹੀਂ, ਇਤਨਾ ਦਿਮਾਗ ਨਹੀਂ ਹੈ। ਸੀ ਰਹਿਤੀ ਦੀ ਬਾਕੀ 13 ਲੋਕ ਅਬ ਪਰੇਸ਼ਾਨ ਹੋ ਰਹੇ ਹਨ ਤੇਰੀ ਵਜ੍ਹਾ ਸੇ। ਜੀ ਹਾਂ, ਇਸ ਵੀਡੀਓ ਤੋਂ ਬਾਅਦ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਸ਼ਹਿਨਾਜ਼ ਕੌਰ ਗਿੱਲ ਕਾਫ਼ੀ ਜ਼ਿਆਦਾ ਨਿਰਾਸ਼ ਅਤੇ ਉਦਾਸ ਦਿਖਾਈ ਦੇ ਰਹੇ ਨੇ। ਸ਼ਾਇਦ ਸ਼ਹਿਨਾਜ਼ ਕੌਰ ਗਿੱਲ ਦਾ ਉਸ ਮਾਹੌਲ ਦੇ ਵਿੱਚ ਰਹਿਣਾ ਮੁਸ਼ਕਿਲ ਲੱਗ ਰਿਹਾ ਹੈ। ਪਰ ਹੁਣ ਦੇਖਣਾ ਇਹ ਹੈ ਕਿ ਸ਼ਹਿਨਾਜ਼ ਕੌਰ ਗਿੱਲ ਕਿਸ ਹੱਦ ਤੱਕ ਅੱਗੇ ਵੱਧ ਸਕਦੇ ਨੇ ਅਤੇ ਸ਼ਹਿਨਾਜ਼ ਕੌਰ ਗਿੱਲ ਕਿਆ ਬਿਗ ਬੋਸ ਸੀਜ਼ਨ 13 ਨੂੰ ਜਿੱਤ ਪਾਉਣਗੇ ਜਾਂ ਨਹੀਂ। ਬਾਕੀ ਤੁਹਾਨੂੰ ਸ਼ਹਿਨਾਜ਼ ਕੌਰ ਗਿੱਲ ਤੋਂ ਕਿੰਨੀਆਂ ਕੁ ਉਮੀਦਾਂ ਨੇ ਅਤੇ ਇਸ ਵੀਡੀਓ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। ਤਾਂ ਹੁਣ ਮੈਂ ਚੱਲਦੀ ਹਾਂ ਅਗਲੀ ਵਾਰ ਆਵਾਂਗੀ ਇੱਕ ਨਵੀਂ ਖਬਰ ਦੇ ਨਾਲ ਅਤੇ ਬਾਲੀਵੁੱਡ ਅਤੇ ਪਾਲੀਵੁੱਡ ਦੇ ਡੇਲੀ ਅਪਡੇਟਸ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਪ੍ਰੈਸ ਕਰ ਲਓ ਬੈਲ ਆਈਕਨ। ਉਹ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਅਪਡੇਟਸ ਮਿਲਦੀਆਂ ਰਹਿਣ। ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ, ਮਾਣ ਪੰਜਾਬ ਦਾ।